हाँ जी दोस्तों, बहुत बहुत स्वागत है तुहाडे सारिआं दा। वीरे जिवें कि तुहानूं पता ही, आपां 10वीं 12वीं दे संबंधित अपडेट लै के आउंदे रहिंदे आ। ते दोस्तों जिवें कि तुहानूं पता ही आ कि तुहाडे जिहड़े गोल्डन चांस दे एग्जाम होए सीगे, इह गोल्डन चांस दा एग्जाम किहनां ने दित्ता सी, जिन्हां ने 2004 तों लै के 2018 तक प्रीख्या दित्ती सी ते उहनां दा कंपारमेंट क्लीयर नहीं हुई सी, उहनां नूं इक दुबारा चांस मिलिया सीगा इह गोल्डन चांस दे विच। ठीक है दोस्तों, गोल्डन चांस दे विच किहड़े किहड़े एग्जाम होए सी? तुहाडे गोल्डन चांस दे विच होए सीगे कंपारमेंट दे एग्जाम, ਅਡੀਸ਼ਨਲ ਸਬਜੈਕਟ ਦੇ ਇਗਜ਼ਾਮ ਅਤੇ ਇੰਪਰੂਵਮੈਂਟ ਦੇ ਇਗਜ਼ਾਮ। ਠੀਕ ਆ ਦੋਸਤੋ, ਆਹ ਤਿੰਨ ਤਰ੍ਹਾਂ ਦੇ ਇਗਜ਼ਾਮ ਹੋਏ ਸੀਗੇ ਤੁਹਾਡੇ ਗੋਲਡਨ ਚਾਂਸ ਦੇ ਅੰਡਰ। ਠੀਕ ਆ ਦੋਸਤੋ, ਆਹ ਇਹਨਾਂ ਦੇ ਮੈਂ ਰਿਜ਼ਲਟ ਬਾਰੇ ਪੁੱਛੇ ਸੀਗਾ, ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਆ ਮੈਂ ਹਜੇ, ਉਹਨਾਂ ਨੇ ਕੀ ਕਿਹਾ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਦੋਸਤੋ, ਉਹਨਾਂ ਨੇ ਮੈਨੂੰ ਕੀ ਕਿਹਾ, ਆਪਾਂ ਰਿਕਾਰਡਿੰਗ ਸੁਣਦੇ ਹਾਂ ਇਹ। ਹੈਲੋ ਹੈਲੋ, ਹਾਂਜੀ ਸਰ ਜੀ, ਉਹ ਜਿਹੜੇ ਗੋਲਡਨ ਚਾਂਸ ਦੇ ਇਗਜ਼ਾਮ ਹੋਏ ਸੀਗੇ 10ਵੀਂ 12ਵੀਂ ਦੇ, ਉਹਨਾਂ ਦੇ ਰਿਜ਼ਲਟ ਕਦੋਂ ਤੱਕ ਆਊਗਾ ਸਰ? 15 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾਏਗਾ ਬੇਟੇ। ਅੱਛਾ ਸਰ, ਹਾਂ 15 ਤਰੀਕ ਤੋਂ ਪਹਿਲਾਂ ਪਹਿਲਾਂ? ਹਾਂਜੀ ਹਾਂਜੀ, ਠੀਕ ਹੈ ਸਰ। ਠੀਕ ਹੈ ਸਰ ਜੀ, ਥੈਂਕ ਯੂ ਸਰ ਜੀ। ਹਾਂਜੀ ਦੋਸਤੋ, ਜਿਵੇਂ ਤੁਸੀਂ ਸੁਣਿਆ, ਮੈਂ ਬੋਰਡ ਦੇ ਅਧਿਕਾਰੀ ਤੋਂ ਪੁੱਛਿਆ, ਸਰ ਜਿਹੜਾ ਗੋਲਡਨ ਚਾਂਸ ਦਾ ਇਗਜ਼ਾਮ ਹੋਇਆ ਸੀਗਾ 10ਵੀਂ 12ਵੀਂ ਵਾਲਿਆਂ ਦਾ, ਉਹਨਾਂ ਦਾ ਰਿਜ਼ਲਟ ਕਦੋਂ ਤੱਕ ਆਊਗਾ? ਸਰ ਨੇ ਕੀ ਕਿਹਾ? ਸਰ ਨੇ ਕਿਹਾ ਕਿ ਜਿਹੜਾ ਤੁਹਾਡਾ ਰਿਜ਼ਲਟ ਹੈ ਜੀ 10ਵੀਂ 12ਵੀਂ ਕਲਾਸ ਵਾਲਿਆਂ ਦਾ ਗੋਲਡਨ ਚਾਂਸ ਦਾ ਇਗਜ਼ਾਮ ਦਾ, ਉਹ 15 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾਣਾ। ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ 5 ਤਰੀਕ ਹੋ ਚੁੱਕੀ ਆ ਤੇ 5 ਦਸੰਬਰ ਆ ਅੱਜ, ਤੇ 15 ਤਰੀਕ ਕੋਈ ਹੁਣ ਜ਼ਿਆਦਾ ਦਿਨ ਨਹੀਂ ਰਹਿ ਚੁੱਕਿਆ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ 15 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਗੋਲਡਨ ਚਾਂਸ ਦਾ ਇਗਜ਼ਾਮ ਦਾ ਰਿਜ਼ਲਟ ਆ ਉਹ ਆ ਜਾਊਗਾ ਵੈਬਸਾਈਟ ਤੇ। ਠੀਕ ਆ ਦੋਸਤੋ, ਇਹ ਅਪਡੇਟ ਸੀਗੀ ਦੋਸਤੋ, ਤੇ ਆਪਾਂ ਹੁਣ ਵੇਟ ਕਰਦੇ ਹਾਂ ਗੋਲਡਨ ਚਾਂਸ ਦੇ ਇਗਜ਼ਾਮ ਦੇ ਰਿਜ਼ਲਟ ਬਾਰੇ। ਠੀਕ ਆ ਦੋਸਤੋ, ਮੈਂ ਤੁਹਾਨੂੰ ਆਹੀ ਦੱਸਣਾ ਸੀ, ਤੇ ਦੋਸਤੋ ਬਸ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਜੇਕਰ ਤੁਸੀਂ ਕੁਝ ਪੁੱਛਣਾ ਹੁੰਦਾ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ ਜੇਕਰ ਤੁਹਾਡਾ ਕਮੈਂਟ ਰਿਪਲਾਈ ਮੈਂ ਨਹੀਂ ਕਰ ਪਾਉਂਦਾ। ਠੀਕ ਆ ਦੋਸਤੋ, ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ, ਮੇਰਾ ਨੰਬਰ ਹੈਗਾ 9876170597। ਤੇ ਦੋਸਤੋ ਜਿਹੜਾ ਹੈ ਨੰਬਰ ਆ, ਤੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰੋ, ਕਾਲ ਵੀ ਕਰ ਸਕਦੇ ਹੋ, ਤੇ ਨੰਬਰ ਮੈਂ ਲਿਖ ਦੇਣਾ ਡਿਸਕ੍ਰਿਪਸ਼ਨ 'ਚ, ਤੁਸੀਂ ਉੱਥੋਂ ਜਾ ਕੇ ਵੀ ਇਸ ਨੂੰ ਦੇਖ ਸਕਦੇ ਹੋ। ਠੀਕ ਆ ਦੋਸਤੋ, ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।